ਕਰੋਨਾ ਵਾਇਰਸ ਦੀ ਇਨਫੈਕਸ਼ਨ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਦੇਖਦੇ ਹੋਏ ਪੈਂਟਾਗਨ ਨੇ 1,00,000 ਡੈੱਡ ਬਾਡੀ ਦੇ ਕਫਨ ਦਾ ਆਰਡਰ ਕੀਤਾ। ਕੁਝ ਨਿਊਜ਼ ਰਿਪੋਰਟਸ ਦੇ ਹਵਾਲੇ ਤੋਂ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਕਰੋਨਾ ਵਾਇਰਸ ਇਨਫੈਕਸ਼ਨ ਕਾਰਨ 2,00,000 ਲੋਕਾਂ ਦੀ ਮੌਤ ਹੋ ਸਕਦੀ ਹੈ। ਇੱਕ ਨਵੀਂ ਰਿਪੋਰਟ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਨੂੰ 3 ਸਾਲ ਪਹਿਲਾਂ ਹੀ ਕਰੋਨਾ ਵਾਇਰਸ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਸੀ, ਪਰ ਅਮਰੀਕਾ ਨੇ ਇਸ ਗੱਲ ਨਾਲ ਲੜਨ ਲਈ ਕੋਈ ਵੀ ਤਿਆਰੀ ਨਹੀਂ ਕੀਤੀ। ਡੇਲੀ ਮੇਲ ਦੇ ਇੱਕ ਰਿਪੋਰਟ ਦੇ ਮੁਤਾਬਕ ਵੀਰਵਾਰ ਤੱਕ ਅਮਰੀਕਾ ਵਿੱਚ ਕਰੋਨਾ ਵਾਇਰਸ ਦੇ ਚੱਲਦੇ ਮਰਨ ਵਾਲਿਆਂ ਦੀ ਗਿਣਤੀ 5,811 ਹੋ ਗਈ ਹੈ। ਅਮਰੀਕਾ ਦੇ ਕਰੀਬ 90% ਇਲਾਕੇ ਲਾਕਡਾਊਨ ਹਨ, ਪਰ ਵਾਇਰਸ ਫੈਲਦਾ ਹੀ ਜਾ ਰਿਹਾ ਹੈ। ਅਮਰੀਕਾ ਵਿੱਚ ਕਰੋਨਾ ਵਾਇਰਸ ਕਾਰਨ ਹੁਣ ਤੱਕ 2,40,660 ਮਾਮਲੇ ਸਾਹਮਣੇ ਆ ਚੁੱਕੇ ਨੇ। ਅਮਰੀਕੀ ਸਰਕਾਰ ਨੇ ਆਪਣੇ ਸਟਾਕ ਤੋਂ ਡੈੱਡ ਬਾਡੀ ਲਈ 50,000 ਕਫਨ ਦਾ ਇੰਤਜ਼ਾਮ ਕਰ ਲਿਆ, ਪਰ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਦੇਖਦੇ ਹੋਏ ਇਸ ਤੋਂ 3 ਗੁਣਾ ਜ਼ਿਆਦਾ ਡੈੱਡ ਬਾਡੀ ਲਈ ਕਫਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਅਤੇ ਨਿਊਯਾਰਕ ਜਿਹੇ ਰਾਜਾਂ ਵਿੱਚ ਲਾਸ਼ਾਂ ਨੂੰ ਰੱਖਣ ਦੀ ਥਾਂ ਘੱਟ ਪੈ ਗਈ ਹੈ। ਮੰਗਲਵਾਰ ਨੂੰ ਨਿਊਯਾਰਕ ਵਿੱਚ ਬਰੁਕਲਿਨ ਦੇ ਇੱਕ ਹਸਪਤਾਲ ਦੇ ਬਾਹਰ ਇੱਕ ਰੈਫਰੀਜਰੇਟਰ ਟਰੱਕ ਖੜ੍ਹਾ ਕੀਤਾ ਗਿਆ ਸੀ। ਹਸਪਤਾਲ ਵਿੱਚ ਕਰੋਨਾ ਵਾਇਰਸ ਕਾਰਨ ਲਾਸ਼ਾਂ ਨੂੰ ਟਰੱਕ ਵਿੱਚ ਭਰਿਆ ਜਾ ਰਿਹਾ ਸੀ। ਨਿਊਯਾਰਕ ਵਿੱਚ ਕਰੋਨਾ ਵਾਇਰਸ ਕਾਰਨ 2,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਇੱਥੇ ਵਾਇਰਸ ਦੇ 92,381 ਮਾਮਲੇ ਸਾਹਮਣੇ ਆਏ ਨੇ। ਹਸਪਤਾਲ ਕੋਲ ਡੈੱਡ ਬਾਡੀ ਲਈ ਬਾਡੀ ਬੈਗ ਘੱਟ ਪੈ ਗਏ ਨੇ। ਡੈੱਡ ਬਾਡੀ ਨੂੰ ਬੈੱਡ ਸ਼ੀਟ ਦੇ ਨਾਲ ਲਪੇਟ ਕੇ ਚਲਾਇਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।